ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰਾਈਮ ਕਲਾਸਰੂਮ ਦੇ ਵਿੱਚ ਆਓ ਅੱਜ ਆਪਾਂ ਦੇਖੀਏ ਕਿ ਸਾਡੀ ਬਾਡੀ ਦੇ ਵਿੱਚ ਜਿਹੜੇ ਜੁਆਇੰਟ ਹੈ ਉਹ ਕਿਸ ਤਰ੍ਹਾਂ ਕੰਮ ਕਰਦੇ ਆ। ਆਪਾਂ ਦੋ ਮੁੱਖ ਜੁਆਇੰਟਾਂ ਦੀ ਗੱਲ ਕਰਾਂਗੇ। ਦੋਜ਼ ਜੁਆਇੰਟਸ ਆਰ ਨੀ ਜੁਆਇੰਟ ਐਂਡ ਸ਼ੋਲਡਰ ਜੁਆਇੰਟ। ਸਾਡਾ ਨੀ ਗੋਡਾ ਕਿਵੇਂ ਕੰਮ ਕਰਦਾ? ਆਪਾਂ ਹੁਣ ਜਾਂ ਤਾਂ ਉਸਨੂੰ ਖੋਲ੍ਹ ਕੇ ਦੇਖੀਏ, ਪਰ ਇਹ ਸੰਭਵ ਨਹੀਂ ਹੁੰਦਾ। ਇਸ ਲਈ ਜੋ ਪੁਸਤਕਾਂ ਦੇ ਵਿੱਚ ਲਿਖਿਆ ਉਸ ਦੀ ਸਾਰਥਕਤਾ ਨੂੰ ਦੇਖਣ ਦੇ ਲਈ ਅਸੀਂ ਮਦਦ ਲੈਂਦੇ ਹਾਂ ਆਪਣੇ ਵਿਗਿਆਨ ਦੀ। ਤਾਂ ਉਸ ਵਿਗਿਆਨ ਦੇ ਵਿੱਚ ਇੱਕ ਛੋਟਾ ਜਿਹਾ ਮਾਡਲ ਤੁਸੀਂ ਘਰੇ ਤਿਆਰ ਕਰ ਲੈਣਾ ਕਿ ਕਿਸ ਤਰ੍ਹਾਂ ਅਸੀਂ ਤਿਆਰ ਕੀਤਾ। ਇਸ ਦੇ ਵਿੱਚ ਅਸੀਂ ਦੋ ਗੱਤੇ ਦੇ ਪੀਸ ਲਏ ਹੈ, ਇਸ ਗੱਤੇ ਨੂੰ ਇਸ ਦੇ ਵਿੱਚ ਲਗਾ ਕੇ, ਅਤੇ ਹੁਣ ਤੁਹਾਨੂੰ ਮੈਂ ਵਰਕਿੰਗ ਦਿਖਾਵਾਂਗਾ ਕਿ ਗੋਡਾ ਕੰਮ ਕਿਵੇਂ ਕਰਦਾ। ਆਹ ਦੇਖੋ ਮੇਰੇ ਹੱਥ ਦੇ ਵੱਲ, ਜਿਸ ਤਰ੍ਹਾਂ ਅਸੀਂ ਬੋਰਡ ਦੇ ਉੱਤੇ ਵੀ ਬਣਾਇਆ ਹੋਇਆ ਕਿ ਇੱਥੇ ਇਸ ਦੀ ਮੂਵਮੈਂਟ ਕਿਸ ਤਰ੍ਹਾਂ ਦੇ ਨਾਲ ਆ ਰਹੀ ਹੈ, ਇਹ ਦਿਖਾਊਂਗਾ ਮੈਂ ਤੁਹਾਨੂੰ। ਦਿਸ ਵੇ ਇਸ ਤਰ੍ਹਾਂ ਦੇ ਨਾਲ ਕੰਮ ਕਰਦਾ, ਹੋਰ ਕਿਸੇ ਪਾਸੇ ਨਹੀਂ ਇਹ ਘੁੰਮ ਸਕਦਾ। ਇਹ ਜੁਆਇੰਟ ਹੈ ਜਿਹੜਾ ਸਾਡਾ, ਆਹ ਦੇਖੋ ਇਸ ਨੂੰ ਮੈਂ ਮੂਵ ਕਰ ਰਿਹਾ, ਤਾਂ ਇਸ ਬੋਨ ਦੀ ਸਹਾਇਤਾ ਦੇ ਨਾਲ ਇਹ ਸਿਰਫ ਅਤੇ ਸਿਰਫ ਇਸ ਤਰ੍ਹਾਂ ਮੂਵ ਕਰ ਸਕਦਾ। ਹਾਂ, ਜੇ ਕਿਤੇ ਕਹਿੰਦੇ ਜੀ ਗੋਡਾ ਨਿਕਲ ਗਿਆ, ਕਿਸ ਤਰ੍ਹਾਂ ਉਹ ਇਸ ਤਰ੍ਹਾਂ ਹੋ ਜਾਂਦਾ, ਤਾਂ ਇਹ ਬਾਹਰ ਵੀ ਆ ਸਕਦਾ। ਔਨ ਆਈਦਰ ਸਾਈਡ ਇਟ ਕੈਨ ਬੀ, ਇੱਧਰ ਵੀ ਹੋ ਸਕਦਾ ਅਤੇ ਦੂਜੇ ਪਾਸੇ ਵੀ ਹੋ ਸਕਦਾ। ਪਰੰਤੂ ਜੇ ਇਸਦੀ ਮੂਵਮੈਂਟ ਜਿਹੜੀ ਹੈ ਪ੍ਰੋਪਰ ਰਹੇਗੀ, ਤਾਂ ਇਸਦੀ ਵਰਕਿੰਗ ਹੈ ਜਿਹੜੀ ਇਹ ਪ੍ਰੋਪਰ ਰਹੇਗੀ, ਤਾਂ ਤੁਹਾਨੂੰ ਸਹਿਜੇ ਇਸ ਦਾ ਬੇਸ ਪਤਾ ਲੱਗ ਗਿਆ ਹੋਏਗਾ ਕਿ ਇਹ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਜੁਆਇੰਟ ਹੈ ਸਾਡਾ ਕੰਮ ਕਰਦਾ, ਅਤੇ ਅਸੀਂ ਇਸ ਤੋਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਲੈਂਦੇ ਰਹਿਣਾ। ਤਾਂ ਆਓ ਇਸ ਦੇ ਨਾਲ ਹੀ ਮੈਂ ਤੁਹਾਨੂੰ ਹੁਣ ਦਿਖਾ ਦੇਵਾਂ ਕਿ ਸਾਡੇ ਮੋਢੇ ਦੇ ਵਿੱਚ ਜਿਹੜਾ ਜੁਆਇੰਟ ਹੈ ਉਹ ਕਿਸ ਤਰ੍ਹਾਂ ਕੰਮ ਕਰ ਰਿਹਾ। ਮੋਢੇ ਦੇ ਵਿੱਚ ਜਿਹੜਾ ਸਾਡਾ ਜੁਆਇੰਟ ਹੈ ਉਸਨੂੰ ਅਸੀਂ ਕਹਿੰਦੇ ਹਾਂ ਬਾਲ ਐਂਡ ਸਾਕਟ ਜੁਆਇੰਟ। ਅਤੇ ਉਹ ਜਿਹੜਾ ਬਾਲ ਐਂਡ ਸਾਕਟ ਜੁਆਇੰਟ ਹੈ ਉਹ ਕਿਸ ਤਰ੍ਹਾਂ ਦੇ ਨਾਲ ਕੰਮ ਕਰਦਾ? ਉਹ ਬਾਲ ਹੈ ਜਿਹੜੀ ਸਾਕਟ ਦੇ ਵਿੱਚ ਪਈ ਹੁੰਦੀ ਹੈ। ਤਾਂ ਮੈਂ ਇੱਥੇ ਇੱਕ ਬਾਲ ਲੈ ਕੇ ਹਾਜ਼ਰ ਹੋਇਆ ਤੁਹਾਡੇ ਕੋਲ। ਇਸ ਬਾਲ ਦੇ ਵਿੱਚ ਇੱਕ ਹੋਲ ਕੀਤਾ, ਉਸ ਹੋਲ ਦੇ ਵਿੱਚ ਅਸੀਂ ਯੂਜ਼ ਕਰਾਂਗੇ ਬੋਨ ਦੀ ਜਗ੍ਹਾ ਦੇ ਉੱਤੇ। ਤਾਂ ਹੁਣ ਇਹ ਜਿਹੜੀ ਆਮ ਬਣ ਗਈ ਹੈ ਸਾਡੀ, ਤਾਂ ਇਹ ਇੱਥੇ ਮੋਢੇ ਦੇ ਵਿੱਚ ਇਹ ਜਿਹੜੀ ਬਾਲ ਹੈ ਇਹ ਸਾਕਟ ਦੇ ਵਿੱਚ ਫਸੀ ਵੀ ਹੁੰਦੀ ਹੈ, ਲੇਕਿਨ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ। ਕੀ ਹੈ, ਇਸ ਨੂੰ ਟੈਂਡਨ ਦੇ ਨਾਲ ਇੱਥੇ ਪੂਰਾ ਟਾਈਟਨਡ ਬੰਨਿਆ ਹੁੰਦਾ। ਅਤੇ ਇਹ ਜਿਹੜਾ ਮੋਢਾ ਸਾਡਾ ਕਿਸ ਤਰ੍ਹਾਂ ਕੰਮ ਕਰਦਾ? ਇਸ ਤਰ੍ਹਾਂ ਇੱਕ ਸਾਕਟ ਬਣੀ ਹੋਈ ਹੈ, ਉਹ ਸਾਕਟ ਦੇ ਵਿੱਚ ਬਾਲ ਪੈ ਜਾਂਦੀ ਹੈ, ਅਤੇ ਇਹ ਮੂਵਮੈਂਟ ਇਸਦੀ ਇਸ ਤਰ੍ਹਾਂ। ਤੁਸੀਂ ਦੇਖਿਆ ਹੁਣੇ ਪਹਿਲਾਂ ਦੇਖਿਆ ਸੀਗਾ ਕਿ ਗੋਡਾ ਕਿਵੇਂ ਕੰਮ ਕਰਦਾ, ਸਿਰਫ ਇੱਕ ਪਾਸੇ ਮੂਵਮੈਂਟ ਲਿਆ ਸਕਦਾ, ਲੇਕਿਨ ਇਹ ਜਿਹੜੀ ਬਾਲ ਹੈ ਸਾਡੀ ਇਹ ਕਿਸੇ ਪਾਸੇ ਮੂਵ ਕਰ ਸਕਦੀ ਹੈ। ਪਰ ਇਹ ਨਹੀਂ ਕਿ ਇਹ ਸਾਡਾ ਮੋਢਾ ਨਹੀਂ ਉੱਤਰਦਾ, ਕਦੇ ਮੋਢਾ ਵੀ ਸਾਡਾ ਉੱਤਰ ਜਾਂਦਾ। ਮੋਢਾ ਉੱਤਰੇਗਾ ਤਾਂ ਇਹ ਬਾਲ ਹੈ ਜਿਹੜੀ ਸਾਕਟ ਦੇ ਵਿੱਚੋਂ ਬਾਹਰ ਆ ਜਾਏਗੀ, ਬਾਹਰ ਆ ਕੇ ਬਾਹਰ ਡਿੱਗੇਗੀ ਨਹੀਂ, ਲੇਕਿਨ ਉਹ ਬਾਹਰ ਜਦੋਂ ਆ ਜਾਂਦੀ ਹੈ ਤਾਂ ਉਸ ਵਕਤ ਉਹ ਬਾਹਰ ਨੂੰ ਮੋਢਾ ਸਾਡਾ ਲਟਕਣ ਲੱਗ ਪੈਂਦਾ ਅਤੇ ਬਹੁਤ ਦਰਦ ਹੁੰਦਾ, ਅਤੇ ਉਸ ਨੂੰ ਵਾਪਸ ਸਾਕਟ ਦੇ ਵਿੱਚ ਪਾਉਣ ਦੇ ਲਈ ਸਾਨੂੰ ਅਨੈਸਥੀਸੀਆ ਦੇਣਾ ਪੈਂਦਾ ਡਾਕਟਰ ਸਾਹਿਬਾਨ ਨੂੰ, ਕਿਉਂਕਿ ਉਸ ਤੋਂ ਬਿਨਾਂ ਇਸ ਬਾਲ ਦਾ ਵਾਪਸ ਸਾਕਟ ਦੇ ਵਿੱਚ ਜਾਣਾ ਛੇਤੀ ਛੇਤੀ ਸੰਭਵ ਨਹੀਂ ਹੁੰਦਾ। ਤਾਂ ਹੁਣ ਤੁਸੀਂ ਦੇਖਿਆ ਕਿ ਸਾਡਾ ਜਿਹੜਾ ਸ਼ੋਲਡਰ ਜੁਆਇੰਟ ਹੈ ਉਹ ਕਿਸ ਤਰ੍ਹਾਂ ਦੇ ਨਾਲ ਵਰਕ ਕਰਦਾ, ਉਹ ਅਸੀਂ ਬਾਂਹ ਨੂੰ ਕਿਸੇ ਵੀ ਪਾਸੇ ਦੇ ਨਾਲ ਘੁਮਾ ਸਕਦੇ ਹਾਂ, ਅਤੇ ਉਹਦੀ ਮੂਵਮੈਂਟ ਹੈ ਜਿਹੜੀ ਉਹ ਹਰ ਪਾਸੇ ਨੂੰ ਅਸੀਂ ਲਿਜਾ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਇਸ ਨੂੰ ਪਿੱਛੇ ਲੈ ਜਾਂਦੇ ਹਾਂ, ਅੱਗੇ ਲੈ ਜਾਂਦੇ ਹਾਂ, ਇਸ ਤਰ੍ਹਾਂ ਕਰ ਲੈਂਦੇ ਹਾਂ। ਤਾਂ ਇਸ ਤਰ੍ਹਾਂ ਦੇ ਨਾਲ ਇਹ ਤੁਸੀਂ ਅੱਜ ਦੋ ਜੁਆਇੰਟ ਪੜ੍ਹੇ, ਇੱਕ ਨੀ ਜੁਆਇੰਟ ਅਤੇ ਇੱਕ ਸ਼ੋਲਡਰ ਜੁਆਇੰਟ। ਇਸ ਤਰ੍ਹਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ ਟੀਵੀ ਅਤੇ ਪ੍ਰਾਈਮ ਕਲਾਸਰੂਮ ਦੇ ਵਿੱਚ।